किसी ना किसी घटना नूं लैके विवादां विच रहण वाली गोइंदवाल साहब जेल विच हुण इक नौजवान हवालाती दी भेद भरे हालातां विच मौत हो गई। जेल अधिकारियां मुताबक उसने जेल दे अंदर फाहा लैके अपनी जीवन लीला समाप्त करन दी कोशिश कीती, जिस करके उसकी मौत हो गई। पर पीड़ित परिवार ने उसकी मौत नूं लैके जेल प्रशासन ते कई सवाल खड़े कीते ने अते जांच दी मांग कीती है। गब्बरू पुत्त दी मौत ते परिवारिक मैंबरां दा रो रो के बुरा हाल हो गया। हलका खडूर साहब के पिंड भैल ढाए वाला के रहण वाले एक 22 साल नौजवान की गोइंदवाल साहब की जेल अंदर भेद भरे हालातों में मौत हो गई। मृतक जगरूप सिंह की मौत से परिवारिक मैंबर का हाल किसी को देखा नहीं जा रहा। भैन ने अपने मृतक भरा के सिर से सहरा बन के उसनू आखिरी विदायगी दी। ये भावुक पल देख के हर किसी दी अखां विचों हंझू बगन लगे। मृतक की भैन दलजीत कौर ने रोंदिया सारी गलबात दसी और इंसाफ की मांग की। ਪਿੰਡੋਂ ਆਉਂਦੇ ਘਰ ਆ ਕੁੜੀ ਦਾ ਜਿਹਦੇ ਨਾਲ ਓਮਕਾਰ ਦੀ ਬੇਟੀ ਸੀਗੀ, ਜਿਹਦੇ ਨਾਲ ਕਿਤੇ ਗੱਲ ਕਰਦਾ ਸੀ। ਸਾਨੂੰ ਇਹਦੇ ਬਾਰੇ ਨਹੀਂ ਪਤਾ ਸੀ। ਸਾਡੇ ਘਰ ਜਦੋਂ ਇਹ ਪੁਲਿਸ ਮੁਲਾਜ਼ਮ ਲੈ ਕੇ ਗਏ, ਸਾਨੂੰ ਉਦੋਂ ਪਤਾ ਲੱਗਾ ਹੈ। ਇਹਨਾਂ ਨੇ ਸਾਨੂੰ ਠਾੜੇ ਵਾਲਿਆਂ ਨੇ ਗਾਲਾਂ ਕੱਢ ਕੇ ਦਿੱਤੀਆਂ, ਸਾਡੇ 'ਤੇ ਪਰਚਾ ਕਰ ਦਿੱਤਾ। ਇਹਨਾਂ ਨੇ ਨਜਾਇਜ਼ ਦੇਖੋ ਪਹਿਲਾਂ ਹੀ ਕੁੜੀ ਮੋੜੀ ਹੈ। ਇਹਨਾਂ ਦੀ 5 ਤਰੀਕ ਨੂੰ ਮੇਰੇ ਵੀਰ ਦੇ ਨਾਲ ਕੁੜੀ ਗਈ ਹੈ, ਜਿਹੜੇ ਨੰਬਰ ਤੋਂ ਕਾਲ ਆਉਂਦੀ ਕਰਕੇ ਗਈ। ਸਾਰੇ ਸਬੂਤ ਆ ਸਾਡੇ ਕੋਲ, ਰਿਕਾਰਡਿੰਗਾਂ ਵੀ ਆ, ਵੀਡੀਓ ਵੀ ਆ ਸਾਡੇ ਕੋਲ। ਅਤੇ 13 ਜਨਵਰੀ ਨੂੰ ਹੀ ਵਾਪਸ ਕੀਤੀ ਭੈਣਾਂ ਦੀ ਪੰਚਾਇਤ ਨੇ ਅਤੇ ਟੋਟੀਆਂ ਦੀ ਪੰਚਾਇਤ ਨੇ। 19 ਜਨਵਰੀ ਨੂੰ ਕੁੜੀ ਫਿਰ ਸਾਡੇ ਇਹਨਾਂ ਦੇ ਘਰੋਂ ਚਲ ਗਈ। ਸਾਡੇ ਭਰਾ ਦੇ ਨਾਲ ਫੋਨ ਕਰਕੇ ਕਹਿੰਦਾ ਕੈਮਰੇ ਲੱਗੇ ਸਰਕਾਰੀ ਕੁੜੀ ਦੇ ਬੂਹੇ ਗੜੀ, ਕਹਿੰਦੇ ਗੱਡੀ ਆਈ ਆ। ਕੁੜੀ ਨੇ ਆਪਣੇ ਘਰ ਦਾ ਬਾਹਰੋਂ ਗੇਟ ਮਾਰਤਾ, ਮੇਰੇ ਵੀਰ ਦੇ ਨਾਲ ਬੈਠ ਕੇ ਚਲੀ ਗਈ ਆ। ਇਹਨਾਂ ਨੇ ਸਾਡੇ 'ਤੇ ਪਰਚਾ ਕਰਵਾਤਾ, ਮੁੰਡੇ ਦੀ ਭੈਣ ਆ ਗਈ ਨਾਲ, ਭਣਵਈ ਆ ਗਿਆ, ਮਾਂ ਆ ਗਈ ਆ, ਲੈ ਗਿਆ। ਚੱਕੇ ਜਬਰ ਨੂੰ ਮੇਰੇ ਵੀਰ ਨੇ 6:30-8 ਵਜੇ ਰਾਤ ਸ਼ਨੀਵਾਰ ਕਾਲ ਕੀਤੀ ਆ, ਮੇਰੇ ਨਾਲ ਗੱਲ ਕੀਤੀ ਆ, ਵਧੀਆ ਗੱਲ ਕੀਤੀ ਆ। ਅਤੇ ਸਵੇਰੇ ਸਾਨੂੰ 9 ਵਜੇ ਪਤਾ ਲੱਗ ਜਾਂਦਾ ਵਾ ਵੀ ਤੁਹਾਡਾ ਵੀਰ ਜ਼ਿਆਦਾ ਸੀਰੀਅਸ ਆ, ਤੁਸੀਂ ਤਰਨ ਤਾਰਨ ਪਹੁੰਚੋ। ਅਸੀਂ ਗਏ ਹਾਂ, ਉੱਥੋਂ ਉਹਨਾਂ ਨੇ ਗੁਰੂ ਨਾਨਕ ਹੋਸਪਿਟਲ ਭੇਜ ਦਿੱਤਾ, ਅਸੀਂ ਉੱਥੇ ਚਲੇ ਗਏ ਹਾਂ। ਉਸ ਤੋਂ ਬਾਅਦ ਸਾਡਾ ਵੀਰ ਅੱਜ ਘਰ ਆ ਗਿਆ ਵਾ। ਇਸੇ ਤਰ੍ਹਾਂ ਮ੍ਰਿਤਕ ਨੌਜਵਾਨ ਜਗਰੂਪ ਸਿੰਘ ਦੇ ਜੀਜਾ ਦਵਿੰਦਰ ਸਿੰਘ ਨੇ ਆਖਿਆ ਕਿ ਉਸਦੇ ਗਲੇ ਤੇ ਕੋਈ ਨਿਸ਼ਾਨ ਨਹੀਂ। ਜੇਲ੍ਹ ਪ੍ਰਸ਼ਾਸਨ ਜਾਣ ਬੁੱਝ ਕੇ ਝੂਠੀ ਕਹਾਣੀ ਘੜ ਰਿਹਾ ਹੈ। ਉਹਨਾਂ ਜੇਲ੍ਹ ਪ੍ਰਸ਼ਾਸਨ ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ। ਇਹ 2-2.5 ਮਹੀਨੇ ਤੋਂ ਅੰਦਰ ਸੀਗਾ, ਹੁਣ ਕਹਿੰਦੇ ਕਿ ਤੁਹਾਡੇ ਮੁੰਡੇ ਨੇ ਸਾਨੂੰ ਫੋਨ ਆਇਆ ਕਿ ਫਾਹ ਲੈ ਲਿਆ ਅਤੇ ਉਹਨੂੰ ਸੀਰੀਅਸ ਹੈ ਜ਼ਿਆਦਾ, ਉਹ ਹੋਸਪਿਟਲ ਲੈ ਗਏ ਆ। ਅਸੀਂ ਉੱਥੇ ਗਏ ਹਾਂ ਅਤੇ ਸਾਨੂੰ 5 ਦਿਨ ਤੋਂ ਇਹ ਕੋਈ ਮੂੰਹ ਸਿਰ ਨਹੀਂ ਫੜਾ ਰਿਹਾ, ਕਹਿੰਦੇ ਫਾਹ ਲੈ ਲਿਆ। ਬੰਦੇ ਦੇ ਗਲੇ ਦੇ ਉੱਤੇ ਮਾਕਸ ਤੇ ਆਊਗਾ ਨਾ, ਦਾਗ ਤੇ ਆਉਂਦਾ ਨਾ, ਕੋਈ ਦਾਗ ਨਹੀਂ ਉਹਦੇ ਗਲੇ ਤੇ, ਕੁਛ ਨਹੀਂ। ਅੰਦਰ ਅਸੀਂ ਜਦੋਂ ਪੈਸੇ ਮੰਗਦਾ ਰਿਹਾ ਸਾਡਾ ਬੰਦਾ, ਅਸੀਂ 1 ਲੱਖ ਤੋਂ ਉੱਪਰ ਗੂਗਲ ਪੇ ਕਰ ਚੁੱਕੇ ਹਾਂ, ਜਿਹਦੇ ਕਿ ਸਾਡੇ ਕੋਲ ਗੂਗਲ ਪੇ ਨੰਬਰ ਵੀ ਹੈਗੇ ਨੇ। ਅਤੇ 5-6 ਨੰਬਰਾਂ ਤੋਂ ਸਾਡਾ ਭਰਾ ਸਾਨੂੰ ਫੋਨ ਕਰਦਾ ਸੀ ਡੇਲੀ, ਅਤੇ ਉਹ ਵੀ ਅਸੀਂ ਤੁਹਾਨੂੰ ਨੰਬਰ ਦੇਵਾਂਗੇ। ਬਾਕੀ ਸਰਕਾਰ ਕਹਿੰਦੀ ਅਸੀਂ ਨਸ਼ਾ ਕਰਨ ਵਾਸਤੇ ਜੀ, ਚਿੱਟਾ ਗੋਂਦਵਾਲ ਜੇਲ੍ਹ ਦੇ ਵਿੱਚ ਆਮ ਮਿਲਦਾ, ਕਿਉਂ ਮਿਲਦਾ ਇਹ ਸਾਨੂੰ ਨਹੀਂ ਪਤਾ। ਜਿਹੜੇ ਸਰਕਾਰਾਂ ਵਾ ਇਹ ਕਹਿੰਦੀਆਂ ਅਸੀਂ ਚਿੱਟਾ ਬੰਦ ਕਰਤਾ, ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਬਾਹਰ ਨਹੀਂ ਕਰ ਸਕਦੇ ਤੁਸੀਂ, ਕਮ ਸੇ ਕਮ ਜੇਲ੍ਹਾਂ ਦੇ ਅੰਦਰ ਤੇ ਚਿੱਟਾ ਬੰਦ ਕਰੋ। ਜੇ ਕੋਈ ਚਿੱਟੇ ਨੂੰ ਰੋਕਣ ਵਾਲਾ ਆਉਂਦਾ ਤੇ ਉਹਨੂੰ ਤੁਸੀਂ ਫੜ ਕੇ ਬੰਦੇ ਤੇ ਪਰਚਾ ਪਾਉਂਦੇ ਜੇ, ਪਰ ਇਹ ਜਿਹੜੇ ਮਿਲੀ ਭੁਗਤ ਦੇ ਨਾਲ ਸਾਡਾ ਤੇ ਪੁੱਤ ਮਰ ਗਿਆ, ਅਸੀਂ ਇਹ ਚਾਹੁੰਦੇ ਹਾਂ ਵੀ ਹੋਰ ਕਿਸੇ ਦਾ ਪੁੱਤ ਨਾ ਮਰੇ। ਦੱਸ ਦਈਏ ਕਿ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਇਹ ਜੇਲ੍ਹ ਕਈ ਮਾਮਲਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਆ ਚੁੱਕੀ ਹੈ। ਸ਼੍ਰੀ ਖਡੂਰ ਸਾਹਿਬ ਤੋਂ ਮਾਨ ਸਿੰਘ ਦੀ ਰਿਪੋਰਟ, ਹਮਦਰਦ TV।